ਸਤਿਕਾਰ ਜੀ ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੂ এডਿਕੇਸ਼ਨ ਵਿੱਚ ਜਿਹੜਾ ਆਪਣਾ ਆਇਲਸ ਆ ਸੀਜ਼ਨ 2 ਚੱਲ ਰਿਹਾ ਹੈ ਅੱਜ ਉਹਦਾ 17ਵਾਂ ਦਿਨ ਆ ਗਿਆ ਤੇ ਅੱਜ ਜਿਹੜੇ ਆਪਾਂ ਟੌਪਿਕ ਤੇ ਗੱਲ ਕਰਾਂਗੇ ਉਹ ਆ ਆਇਲਸ ਲਿਸਨਿੰਗ ਦੇ ਐਮਸੀਕਿਊਜ਼ ਪਹਿਲਾਂ ਤਾਂ ਐਮਸੀਕਿਊ ਦਾ ਮਤਲਬ ਕੀ ਆ ਐਮਸੀਕਿਊ ਦਾ ਮਤਲਬ ਆ ਮਲਟੀਪਲ ਚੁਆਇਸ ਕੁਐਸਚਨ ਮਤਲਬ ਉਹ ਪ੍ਰਸ਼ਨ ਜੀਦੇ ਵਿੱਚ ਸਾਨੂੰ ਉੱਤਰਾਂ ਦੀ ਮਲਟੀਪਲ ਚੁਆਇਸ ਹੋਵੇ ਮੰਨ ਲਓ ਉੱਤੇ ਸਾਨੂੰ ਇੱਕ ਪ੍ਰਸ਼ਨ ਲਿਖਿਆ ਤੇ ਥੱਲੇ ਉਹਦੇ ਆਨਸਰ 1 2 3 4 ਇਹ ਦਿੱਤੇ ਨੇ ਪਹਿਲਾ ਦੂਜਾ ਤੀਜਾ ਚੌਥਾ ਮਤਲਬ ਸਾਨੂੰ ਮਲਟੀਪਲ ਚੁਆਇਸ ਆ ਉੱਤਰ ਦੇ ਵਿੱਚ ਸਾਨੂੰ ਚੁਆਇਸ ਦਿੱਤੀ ਆ ਮਲਟੀਪਲ ਤੇ ਅਸੀਂ ਇਹ ਦੱਸਣਾ ਵੀ ਇਹਨਾਂ ਚੋਂ ਸਹੀ ਉੱਤਰ ਕਿਹੜਾ ਜਿਹੜਾ ਵੀ ਸਹੀ ਹੋਇਆ ਜਿਵੇਂ A B C ਜਾਂ 1 2 3 4 ਉਹ ਆਪਾਂ ਅਨਸਰ ਸ਼ੀਟ ਤੇ ਲਿਖ ਦੇਣਾ ਜਿਵੇਂ 31ਵੇਂ ਦਾ ਸੀ ਉੱਤਰ ਹਨਾ ਆਪਾਂ ਲਿਖ ਦਾਂਗੇ 2 ਜਾਂ B ਜਾਂ C ਜਿਹੜਾ ਵੀ ਹਨਾ ਆਪਾਂ ਲਿਖਣਾ ਹੋਇਆ ਉੱਤਰ ਇਹਨਾਂ 'ਚੋਂ ਦੇਖ ਕੇ ਇਹ ਹੁੰਦੇ ਨੇ ਮਲਟੀਪਲ ਚੁਆਇਸ ਵਾਲੇ ਪ੍ਰਸ਼ਨ ਹੁਣ ਲਿਸਨਿੰਗ 'ਚ ਕੀ ਹੁੰਦਾ ਅਸੀਂ ਹੈੱਡਫੋਨ ਲਾਏ ਹੁੰਦੇ ਆ ਗੱਲਾਂ ਬਾਤਾਂ ਹੋ ਰਹੀਆਂ ਹੁੰਦੀਆਂ ਸਾਨੂੰ ਪ੍ਰਸ਼ਨ ਦਿੱਤਾ ਹੁੰਦਾ ਉਹ ਗੱਲਬਾਤ ਨੂੰ ਸੁਣ ਕੇ ਅਸੀਂ ਉੱਤਰ ਲਿਖਣਾ ਹੁੰਦਾ ਵੀ ਜਿਹੜਾ ਇਹ ਪ੍ਰਸ਼ਨ ਦਿੱਤਾ ਉਹਦਾ ਉੱਤਰ ਕੀ ਆ ਇਹਦੇ ਚ ਬਹੁਤੇ ਵੀਰ ਬਹੁਤੀਆਂ ਭੈਣਾਂ ਕਹਿ ਦਿੰਦੇ ਨੇ ਵੀ ਸਾਨੂੰ ਨਾ ਬੜੀ ਦਿੱਕਤ ਆਉਂਦੀ ਆ ਜੇ ਪੰਜ ਪ੍ਰਸ਼ਨ ਆਉਣ ਅਸੀਂ ਪੰਜ ਪ੍ਰਸ਼ਨ ਨੂੰ ਦੇਖਣ ਸਾਰ ਸਾਨੂੰ ਇਹ ਲੱਗਣ ਲੱਗ ਜਾਂਦਾ ਵੀ ਪੰਜ ਤਾਂ ਸਾਡੇ ਨੰਬਰ ਗਏ ਵੀ ਇਹ ਪੰਜ ਨਹੀਂ ਸਾਡੇ ਆਉਂਦੇ ਇਹਨਾਂ ਚੋਂ ਤਾਂ ਵੱਧ ਤੋਂ ਵੱਧ ਸਾਡਾ ਇੱਕ ਨੰਬਰ ਹੀ ਆਊਗਾ ਵੀ ਉਹਨਾਂ ਨੂੰ ਨਾ ਬੜੀ ਟੈਨਸ਼ਨ ਪੈ ਜਾਂਦੀ ਆ ਪਹਿਲੀ ਗੱਲ ਤੇ ਤੋਂ ਡਰਨ ਦੀ ਦੇਖੋ ਕੋਈ ਲੋੜ ਨਹੀਂ ਹੁਣ ਸਾਡਾ ਪ੍ਰੈਕਟਿਸ ਦਾ ਦੌਰ ਚੱਲ ਰਿਹਾ ਸਾਨੂੰ ਪਤਾ ਵੀ ਜਦੋਂ ਅਸੀਂ ਪ੍ਰੈਕਟਿਸ ਕਰ ਰਹੇ ਹਾਂ ਐਮਸੀਕਿਊ ਆ ਜਿਹੜੇ ਉਹ ਸਾਡੇ ਜ਼ਿਆਦਾ ਗਲਤ ਹੋ ਜਾਂਦੇ ਨੇ ਸਾਨੂੰ ਉਹਨਾਂ ਚ ਦਿੱਕਤ ਆ ਕਈਆਂ ਨੂੰ ਨਹੀਂ ਵੀ ਹੁੰਦੀ ਪਰ ਜੇ ਸਾਨੂੰ ਹੈਗੀ ਆ ਤਾਂ ਅਸੀਂ ਇੱਕ ਕੰਮ ਕਰ ਸਕਦੇ ਆ ਹੁਣ ਪ੍ਰੈਕਟਿਸ ਦੇ ਟਾਈਮ ਅਸੀਂ ਇਹਨਾਂ ਦੀ ਪ੍ਰੈਕਟਿਸ ਕਰਨ ਵੇਲੇ ਗੌਰ ਕਰਿਆ ਕਰੀਏ ਅਸੀਂ ਮੰਨ ਲਓ ਆਡੀਓ ਸੁਣ ਰਹੇ ਆ ਲਿਸਨਿੰਗ ਦਾ ਅਸੀਂ ਟੈਸਟ ਇੱਕ ਕੀਤਾ ਪਹਿਲਾਂ ਦਾ ਟੈਸਟ ਚਲੋ ਕਰ ਦੋ ਉਸ ਤੋਂ ਬਾਅਦ ਐਮਸੀਕਿਊ ਉਹਦੇ ਚ ਇੱਕ ਚੁੱਕ ਕਰ ਲਓ ਠੀਕ ਹੈ ਤੁਸੀਂ ਕਰ ਲੇ ਉਸ ਤੋਂ ਬਾਅਦ ਦੁਬਾਰਾ ਫੇਰ ਆਡੀਓ ਸੁਣੋ ਹੁਣ ਮੰਨ ਲਓ ਸਾਡੇ 30 ਤੋਂ ਲੈ ਕੇ 34 ਤੱਕ ਜਿਹੜੇ ਪ੍ਰਸ਼ਨ ਸੀਗੇ ਉਹ ਐਮਸੀਕਿਊ ਸੀ ਆਪਾਂ ਉਹ MCQ ਵਾਲੀ ਜਿਹੜੀ ਆਡੀਓ ਸੀ ਉਹ ਦੁਬਾਰਾ ਸੁਣਨੀ ਆ ਸਾਰੀ ਉਹਨੂੰ ਵਧੀਆ ਤਰੀਕੇ ਨਾਲ ਦੁਬਾਰਾ ਸੁਣੋ ਤੇ ਚੈੱਕ ਕਰੋ ਵੀ ਕਿੱਥੇ ਕਿੱਥੇ ਗਲਤੀਆਂ ਹੋਈਆਂ ਗਲਤੀਆਂ ਚੈੱਕ ਕਰਨੀਆਂ ਨੇ ਵੀ ਹਾਂ ਇੱਥੇ ਇੱਥੇ ਗੜਬੜ ਰਹੇਗੀ ਨਾਲ ਨਾਲ ਆਪਾਂ ਕੀ ਕਰਨਾ ਜਦੋਂ ਆਪਾਂ ਇਹ ਆਡੀਓ ਸੁਣ ਰਹੇ ਹਾਂ ਦੁਬਾਰੇ ਨਾਲ ਨਾਲ ਆਪਾਂ ਨਾ ਦੇਖੋ ਟਰਾਂਸਕ੍ਰਿਪਟਸ ਵਾਲੀਆਂ ਆਡੀਓ ਆਡੀਓਜ਼ ਵੀ ਆਉਂਦੀਆਂ ਨੇ ਆਪਣੇ ਕੋਲੇ ਟਰਾਂਸਕ੍ਰਿਪਟ ਟਰਾਂਸਕ੍ਰਿਪਟ ਕੀ ਹੁੰਦਾ ਵੀ ਆਡੀਓ ਦੇ ਵਿੱਚ ਲਿਸਨਿੰਗ ਦੇ ਵਿੱਚ ਜਿਹੜੀ ਗੱਲ ਬੋਲੀ ਜਾ ਰਹੀ ਹੁੰਦੀ ਆ ਮਨ ਲੋਕ ਉਹਨਾਂ ਨੇ ਕਿਹਾ ਹੀ ਇਜ਼ ਪਲੇਇੰਗ ਹਨਾ ਤਾਂ ਆਡੀਓ ਦੇ ਵਿੱਚ ਜੇ ਇਹ ਹੀ ਇਜ਼ ਪਲੇਇੰਗ ਬੋਲਿਆ ਗਿਆ ਤਾਂ ਥੱਲੇ ਹੀ ਇਜ਼ ਪਲੇਇੰਗ ਲਿਖਿਆ ਹੋਊ ਜਿੰਨਾ ਪੈਰਾਗ੍ਰਾਫ ਆਡੀਓ ਦੇ ਵਿੱਚ ਬੋਲਿਆ ਗਿਆ ਉਹ ਸਾਰਾ ਪੈਰਾਗ੍ਰਾਫ ਲਿਖਿਆ ਹੋਇਆ ਹੋਊਗਾ ਜਦੋਂ ਲਿਖਿਆ ਹੋਵੇ ਸਾਨੂੰ ਪਤਾ ਹੀ ਆਉਂ ਜਦੋਂ ਸਾਡੇ ਸਾਹਮਣੇ ਲਿਖਿਆ ਪਿਆ ਸਾਨੂੰ ਵਧੀਆ ਸਮਝ ਆਉਂਦਾ ਵੱਦ ਤੇ ਅਸੀਂ ਚੈੱਕ ਕਰ ਲੈਂਦੇ ਆ ਵੀ ਹਾਂ ਯਾਰ ਇੱਥੇ ਜੇ ਆ ਗਲਤੀ ਹੋਈ ਸੀ ਵੀ ਉੱਤਾਰੇ ਦਾ ਆਉਣਾ ਸੀ ਮੈਂ ਆ ਲਾਇਆ ਆ। ਨਾਲ ਨਾਲ ਓਵੇਂ ਸੁਣੋ। ਹੁਣ ਅਸੀਂ ਬੈਠੇ ਆ ਨਾ ਇਹ ਤੋਂ ਡਰੀ ਜਾਈਏ ਵੀ ਇਹ ਤੋਂ ਮੇਰੇ ਗਲਤ ਹੋਣਗੇ ਹੋਣਗੇ ਹਾਏ ਜੇ ਪੇਪਰ ਚ ਆ ਗਏ। ਇਹ ਤੋਂ ਵਧੀਆ ਤਾਂ ਇਹ ਹੈ ਵੀ ਅਸੀਂ ਆਪਦੀ ਪ੍ਰੈਕਟਿਸ ਸਮੇਂ ਹੀ ਬਦਲਾ ਕਰ ਲਈਏ ਥੋੜਾ ਜਿਹਾ। ਅਸੀਂ ਇਹ ਤੇ ਵੱਧ ਜ਼ੋਰ ਦੇ ਲਈਏ। ਅਸੀਂ ਇਹਦੀ ਚੀਰ ਰਫਾੜ ਵੱਧ ਕਰ ਲਿਆ ਕਰੀਏ। ਅਸੀਂ ਐਮਸੀਕਿਊਜ਼ ਵਾਲੀ ਜਿਹੜੀ ਉਹ ਆਡੀਓ ਆ ਉਹਨੂੰ 3-4 ਵਾਰ ਸੁਣਿਆ ਕਰੀਏ ਵੀ ਸਾਨੂੰ ਉਹ ਪੂਰੀ ਕਲੀਅਰ ਹੋ ਜਾਏ, ਪੂਰੀ ਸਮਝ ਆ ਜਾਏ ਵੀ ਹਾਂ ਕਿਨੇ ਕਿਨੇ ਕਿਵੇਂ ਗੱਲ ਕਰੀ ਸੀ ਤੇ ਇਹਦਾ ਉੱਤਰ ਕਿਵੇਂ ਆਇਆ। ਜਦੋਂ ਆਪਾਂ ਇਸ ਤਰੀਕੇ ਨਾਲ ਰਿਸਰਚ ਕਰਾਂਗੇ ਤਾਂ ਉਸ ਤੋਂ ਅੱਗੇ ਜਦੋਂ ਆਪਾਂ ਕਿਸੇ ਦਿਨ MCQ ਵਾਲੀ ਆਡੀਓ ਸੁਣਾਂਗੇ ਸਾਡੇ ਵੱਧ ਠੀਕ ਜਾਣਗੇ ਸਾਨੂੰ ਚੀਜ਼ਾਂ ਸਮਝ ਆਉਣ ਲੱਗ ਜਾਣਗੀਆਂ ਇਹ ਤਾਂ ਹੋ ਗਿਆ ਸਾਡੀ ਪ੍ਰੈਕਟਿਸ ਦੀ ਗੱਲ ਅਸੀਂ ਆਪਦੀ ਪ੍ਰੈਕਟਿਸ 'ਚ ਬਦਲਾਅ ਕਰਨਾ ਯਾਦ ਰੱਖਿਓ ਨਾਲ ਟ੍ਰਾਂਸਕ੍ਰਿਪਟ ਜ਼ਰੂਰ ਪੜ੍ਹਨੀ ਆ ਜਦੋਂ MCQ ਵਾਲੀ ਆਡੀਓ ਸੁਣੋਗੇ ਨਾਲ ਟ੍ਰਾਂਸਕ੍ਰਿਪਟ ਵੀ ਪੜੋ ਦੁਬਾਰਾ ਤੇ ਚੈੱਕ ਕਰੋ ਵੀ ਕਿੱਥੇ-ਕਿੱਥੇ ਕੀ ਬੋਲਿਆ ਗਿਆ ਸੀ ਇਹਦਾ ਉੱਤਰ ਕੀ ਆਉਣਾ ਸੀ ਤੇ ਮੈਂ ਆਹ ਲਾਤਾ ਇੱਥੇ ਜੇ ਜਾਲ ਵਿਛਾਇਆ ਹੋਇਆ ਸੀ ਉਹ ਵੀ ਫੜੋ ਜੇ ਤੋ ਤੁਸੀਂ ਆਪ ਪੜ੍ਹੋਗੇ ਨਾ ਫਿਰ ਤੁਹਾਨੂੰ ਨਜ਼ਾਰਾ ਵੀ ਆਊਗਾ ਤੇ ਇੰਪਰੂਵਮੈਂਟ ਵੀ ਹੋਊਗੀ ਉਸ ਤੋਂ ਅੱਗੇ ਆ ਗਿਆ ਵੀ ਚਲੋ ਇਹ ਪ੍ਰੈਕਟਿਸ ਵਾਲੀ ਗੱਲ ਹੋਊਗੀ ਹੁਣ ਅਸੀਂ ਕਰਨਾ ਕੀ ਆ ਸਾਨੂੰ ਮੰਨ ਲਓ ਇਹ ਐਮਸੀਕਿਊ ਆ ਗਿਆ ਇਹ ਪ੍ਰਸ਼ਨ ਲਿਖਿਆ ਹੋਇਆ ਕੋਈ ਵੀ ਲਿਖਿਆ ਇੱਥੇ ਮੰਨ ਲਓ ਹਨਾ ਇੰਡੀਆ ਦੀ ਪੋਪੂਲੇਸ਼ਨ ਦੀ ਗੱਲ ਹੋ ਰਹੀ ਆ ਪੂਰਾ ਪ੍ਰਸ਼ਨ ਆ ਕੋਈ ਆਪਾਂ ਚਲੋ ਛੱਡਤਾ ਪੋਪੂਲੇਸ਼ਨ ਜਾਂ ਕਹਿ ਲਓ ਵੀ 2011 ਦੀ ਗੱਲ ਹੋ ਰਹੀ ਆ ਆਪਾਂ ਕੀ ਕਰਾਂ ਪੂਰਾ ਸਾਰਾ ਪ੍ਰਸ਼ਨ ਪੜ੍ਹ ਲਿਆ ਪ੍ਰਸ਼ਨ ਪੜ੍ਹ ਕੇ ਨਾਲ ਦੀ ਨਾਲ ਆਪਾਂ ਨਾ ਇੰਡੀਆ ਦੀ ਗੱਲ ਹੋ ਰਹੀ ਹੈ ਨਾ ਪਾਪੂਲੇਸ਼ਨ ਦੀ ਹੋ ਰਹੀ ਹੈ 2011 ਦੀ ਗੱਲ ਹੋ ਰਹੀ ਹੈ ਪਹਿਲਾਂ ਕੀਵਰਡਸ ਦੇਖੇ ਫਿਰ ਅੰਦਰ ਜਿਹੜਾ ਕੀ ਆਈਡੀਆ ਵੀ ਉਹ ਪ੍ਰਸ਼ਨ ਦਾ ਮਤਲਬ ਕੀ ਹੈ ਉਹ ਦੇਖੋ ਵੀ ਇੰਡੀਆ ਦੀ ਪਾਪੂਲੇਸ਼ਨ ਦੱਸਣੀ ਹੈ 2011 ਚ ਕਿੰਨੀ ਸੀ ਆਪਣੇ ਦਿਮਾਗ ਚ ਆ ਗਿਆ ਤੇ ਨਾਲ-ਨਾਲ ਅਸੀਂ ਆਡੀਓ ਸੁਣੀ ਜਾਨੇ ਆ ਇੱਥੇ ਮੰਨ ਲਓ ਲਿਖੀ ਹੁੰਦੀ ਹੈ ਨਾ 100 ਕਰੋੜ 101 ਕਰੋੜ 102 ਕਰੋੜ 103 ਕਰੋੜ ਆਪਾਂ ਨਾਲ-ਨਾਲ ਉਹ ਸੁਣੀ ਗਏ ਹੁਣ ਕੀ ਹੁੰਦਾ ਆਪਾਂ ਸੁਣਦੇ ਸੁਣਦੇ ਹਨਾ ਸ਼ੁਰੂ ਤੇ ਉਹਨੇ ਬੋਲਤਾ ਵੀ ਇੰਡੀਆ ਦੀ ਪੋਪੂਲੇਸ਼ਨ 2011 ਚ 100 ਕਰੋੜ ਸੀ ਅਸੀਂ ਸੁਣ ਲਿਆ ਆਪਾਂ ਨਾ ਕੀ ਕਰਾਂਗੇ ਨਾਲ ਦੀ ਨਾਲ ਇਹ ਕੰਮ ਨਹੀਂ ਕਰਨਾ ਵੀ ਸੁਣ ਕੇ ਕੰਮ ਨਵੇਂੜੋ ਵੀ ਤਾਂ ਹੋ ਗਿਆ ਫਾਈਨਲ ਕਰ ਦੋ ਨਾ ਇੱਥੇ ਆਪਾਂ ਸਟਾਰ ਲਾ ਲਾਂਗੇ ਲਾ ਲਿਆ ਸਟਾਰ ਵੀ 100 ਕਰੋੜ ਹੋ ਸਕਦੀ ਹੈ ਵੀ ਉਹਨੇ 100 ਕਰੋੜ ਬੋਲਤੀ ਆਪਾਂ ਸਟਾਰ ਕਿਉਂ ਲਾਇਆ ਕਿਉਂਕਿ ਆਪਾਂ ਆਡੀਓ ਅੱਗੇ ਵੀ ਸੁਣਨੀ ਆ ਵੀ ਉਹ ਕੀ ਬੋਲ ਰਿਹਾ ਉਹ ਚਲਾਕ ਵਾਲੇ ਨੇ ਉਹਨਾਂ ਨੇ ਜਾਲ ਵਿਛਾਇਆ ਹੁੰਦਾ ਕੋਈ ਪਤਾ ਨਹੀਂ ਕਿੱਥੇ ਮੁਕਰ ਜਾਣ ਉਹ ਕੋਈ ਸਟੈਂਡ ਨਹੀਂ ਹੈਗਾ ਆਪਾਂ 100 ਇੱਥੇ ਸਟਾਰ ਲਾ ਲਿਆ ਉਦੋਂ ਬਾਅਦ ਸੁਣੀਗੇ ਉਹਦਾ ਕੀ ਪਤਾ ਅਗਲੀ ਤੀਜੀ ਲਾਈਨ 'ਚ ਜਾ ਕੇ ਬੋਲ ਦੇ ਨਹੀਂ 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 ਵੀ ਮੇਰੇ ਪਲੇਖਾ ਜਾ ਲੱਗ ਗਿਆ ਇਟ ਵਾਸ 102 ਕਰੋੜ ਕੀ ਪਤਾ ਉਹ ਇਹ ਕਹੇ ਵੀ 102 ਕਰੋੜ ਕਹੇ ਆਪਣਾ ਉੱਤਰ ਇਹ ਵਗ ਜੇ ਆਪਾਂ ਉਹਦੀ ਫੜਾਂਗੇ ਵੀ ਆਹ ਦੇਖ ਪੱਟ ਲਿਆ ਨਾ ਸਟੈਂਡ ਇਹਨੇ ਆਪਦਾ ਇਹਦਾ ਮਤਲਬ ਉੱਤਰ ਆ ਨਹੀਂ ਸੀ ਆਪਣਾ ਉੱਤਰ ਸਹੀ ਆ ਹੈ ਸੁਣ ਲਿਆ ਆ ਸੀ ਇਹਦਾ ਉੱਤਰ ਇਹ ਹੁੰਦਾ ਜਾਲ ਵਾਲੀ ਗੱਲ ਵੀ ਜਿਹੜਾ ਸਾਨੂੰ ਪਹਿਲੀ ਵਾਰੀ ਚ ਉੱਤਰ ਪਤਾ ਲੱਗ ਜੇ ਜਿੱਥੇ ਸ਼ੱਕ ਪੈ ਜੇ ਉਥੇ ਸਟਾਰ ਲਾ ਲਓ ਨਾਲ ਨਾਲ ਆਡੀਓ ਦੇ ਰਹੋ ਆਡੀਓ ਦੇ ਨਾਲ ਨਾਲ ਤੁਰੋ ਥੋੜਾ ਜਿਹਾ ਇੱਕ ਅਧੀ ਲਾਈਨ ਹੈ ਹਨਾ ਧਿਆਨ ਨਾਲ ਸੁਣੀ ਚੱਲੋ ਵੀ ਕੀ ਕੀ ਬੋਲੀ ਜਾਂਦਾ ਤੇ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਦੇ ਜਾਲ ਤੋਂ ਬਾਚ ਰਵਾਂਗੇ ਤੇ ਅਗਲੀ ਗੱਲ ਆ ਜਾਂਦੀ ਹੈ ਆਪਣੇ ਕੋਲੇ ਐਲੀਮੀਨੇਸ਼ਨ ਮੈਥਡ ਦੀ ਐਲੀਮੀਨੇਸ਼ਨ ਮੈਥਡ ਇਹਦਾ ਮਤਲਬ ਹੁੰਦਾ ਵੀ ਜਿਹੜੇ ਗਲਤ ਉੱਤਰ ਨੇ ਉਹਨਾਂ ਨੂੰ ਕੱਟ ਦੇ ਜਾਣਾ ਵੀ ਆ ਉੱਤਰਦਾ ਇਹਦਾ ਆ ਹੀ ਨਹੀਂ ਸਕਦਾ ਉਹਨੂੰ ਕ੍ਰੋਸ ਕਰੋ ਤੇ ਉਹਨੂੰ ਆਪਣੀ ਲਾਈਨ ਚੋਂ ਬਾਹਰ ਕੱਢੋ ਹੁਣ ਦੇਖੋ ਆਪਾਂ ਸੁਣ ਰਹੇ ਹਾਂ ਨਾ ਇੰਡੀਆ ਦੀ ਪੋਪੂਲੇਸ਼ਨ ਉਹ ਪਹਿਲਾ ਬੰਦਾ ਕੋਈ ਬੋਲਿਆ ਵੀ ਉਹ ਕਹਿੰਦਾ ਇੰਡੀਆ ਦੀ ਪੋਪੂਲੇਸ਼ਨ 2011 ਚ ਆਈ ਥਿੰਕ ਹਨਾ 103 ਕਰੋੜਸ ਨਾਲ ਆ ਦੂਜਾ ਬੰਦਾ ਕਹਿੰਦਾ ਨੋ ਵੀ ਇਹ ਗਲਤ ਫਿਗਰ ਆ ਮੈਂ ਚੈੱਕ ਕਰਿਆ ਸੀਗਾ ਇਹ ਰਾਈਟ ਨਹੀਂ ਆਈ ਥਿੰਕ ਵੀ 101 ਕਰੋੜ ਦਾ ਉਸ ਤੋਂ ਬਾਅਦ ਅੱਗੇ ਵਾਲੇ ਨੇ 101 ਕਰੋੜ ਕਹਿਤਾ ਹੁਣ 103 ਕਰੋੜ ਨੂੰ ਤਾਂ ਉਹਨਾਂ ਨੇ ਗਲਤ ਕਰਤਾ ਆਪਾਂ 103 ਕੱਟਾ ਦਾਂਗੇ ਅਗਲੇ ਨੇ 101 ਕਿਹਾ ਹੈਗਾ ਪਰ ਹੋ ਸਕਦਾ 101 ਵਾਲੀ ਗੱਲ ਵੀ ਕਿਤੇ ਕੱਟੀ ਜਾਵੇ ਹਨਾ ਆਪਾਂ 101 ਨੂੰ ਵੀ ਕੱਟ ਦਾਂਗੇ ਫਿਰ ਉਸ ਤੋਂ ਬਾਅਦ ਜਿਹੜੇ ਆਪਣੇ ਕੋਲ 2 ਵਜਣਗੇ ਆਪਾਂ ਧਿਆਨ ਨਾਲ ਸੁਣੀ ਚੱਲਾਂਗੇ ਉਹਨਾਂ 'ਚ ਸਾਨੂੰ ਇੱਕ ਨਾ ਇੱਕ ਅੱਧਾ ਉੱਤਰ ਮਿਲ ਹੀ ਜਾਣਾ ਇਹ ਤਾਂ ਅਸੀਂ ਦੇਖੋ ਅੰਕੜਿਆਂ ਵਾਲੇ ਉੱਤਰ ਹਨਾ ਤੇ ਇੱਕ ਸਾਡੇ ਕੋਲ ਹੁੰਦੇ ਨੇ ਸਟੇਟਮੈਂਟਸ ਵਾਲੇ ਕੋਈ ਸਟੇਟਮੈਂਟਸ ਦਿੱਤੀਆਂ ਹੁੰਦੀਆਂ 1 2 3 4 ਉਹ ਵੀ ਆਪਾਂ ਨਿਗ੍ਹਾ ਰੱਖਾਂਗੇ ਆਪਾਂ ਪਹਿਲਾ ਪ੍ਰਸ਼ਨ ਪੜਿਆ ਹੁੰਦਾ ਇਹ ਗੱਲ ਤੇ ਗੌਰ ਕਰਿਓ ਵੀ ਪ੍ਰਸ਼ਨ ਪਹਿਲੀ ਸਾਰਾ ਪੜ ਕੇ ਸਮਝ ਲੈਣਾ ਆਪਾਂ ਨਾਲ ਨਾਲ ਆਡੀਓ ਸੁਣ ਰਹੇ ਆ ਆਪਾਂ ਦੇਖਾਂਗੇ ਵੀ ਇੱਕ ਗੱਲ ਹੋ ਗਈ ਯਾਰ ਆ ਉੱਤਰ ਤਾਂ ਆ ਨਹੀਂ ਸਕਦਾ ਉਹਨੂੰ ਕੱਟੋ ਯਾਰ ਆ ਉੱਤਰ ਵੀ ਨਹੀਂ ਆ ਸਕਦਾ ਇਹਨੇ ਇਹ ਗੱਲ ਵੀ ਕੱਟਤੀ ਵੀ ਇਹ ਨਹੀਂ ਹੋ ਸਕਦੀ ਇਹ ਵੀ ਕੱਟ ਦਿਓ ਅਗਲੀਆਂ ਦੋ ਚੋਂ ਵੀ ਹੋ ਸਕਦਾ ਸੀ ਇੱਕ ਕੱਟ ਦਈਏ ਤੇ ਇੱਕ ਬਚ ਜੇ ਉਹ ਡਨ ਹੋ ਜੇ ਹੋ ਸਕਦਾ ਇਹਨਾਂ ਦੋਨਾਂ ਦੇ ਵਿੱਚ ਸਾਨੂੰ ਕਨਫਿਊਜ਼ਨ ਜੀ ਰਹੇ ਜੇ ਜਾਂ ਥੋੜਾ ਜਿਹਾ ਮਾੜਾ ਮੋਟਾ ਪੰਗਾ ਜਾਂ ਪੈ ਜੇ ਉੱਥੇ ਫਿਰ ਅਸੀਂ ਆਪ ਦਾ ਹਨਾ ਦਿਮਾਗ ਜਾਂ ਲਾ ਕੇ ਜਿਹੜਾ ਸਾਨੂੰ ਜ਼ਿਆਦਾ ਠੀਕ ਜਾਂ ਲੱਗੇ ਉਹ ਆਪਾਂ ਦਿਮਾਗ ਜਾਂ ਲਾ ਕੇ ਇੱਕ ਟਿੱਕ ਕਰ ਦਿੰਨੇ ਹੁੰਦੇ ਆ ਇਹਦਾ ਹੱਲ ਇਹੀ ਹੁੰਦਾ ਜੇ ਸਾਨੂੰ ਇੱਕਥੇ ਆ ਗਿਆ ਤਾਂ ਵਧੀਆ ਹੀ ਗੱਲ ਆ ਉਹਨੂੰ ਟਿੱਕ ਲਾ ਆਵਾਂਗੇ ਆਪਾਂ ਪੂਰੇ ਧਿਆਨ ਨਾਲ ਸੁਣਨਾ ਇੱਕ ਜਾਲ ਤਾਂ ਉਹ ਇਹ ਹੋ ਗਿਆ ਇਹ ਵਿਛਾਉਂਦੇ ਆ ਦੂਜਾ ਜਾਲ ਉਹ ਵਿਛਾਉਂਦੇ ਆ ਸਿਨੋਨੀਮਸ ਦਾ ਸਿਨੋਨੀਮਸ ਕੀ ਹੁੰਦੇ ਨੇ ਵੀ ਇੱਕ ਸ਼ਬਦ ਵਰਗਾ ਇੱਕ ਹੋਰ ਸ਼ਬਦ ਵੀ ਜਿਹੜੇ ਦੋਨੇ ਸ਼ਬਦ ਤਾਂ ਅਲੱਗ-ਅਲੱਗ ਹੋਣ ਪਰ ਉਹਨਾਂ ਦਾ ਮਤਲਬ ਇੱਕੋ ਜਿਹਾ ਹੋਵੇ ਹੋ ਸਕਦਾ ਸਾਨੂੰ ਉਹਨੇ ਸਟੇਟਮੈਂਟ ਚ ਤਾਂ ਇਨਕਰੀਜ਼ ਲਿਖਿਆ ਹੋਵੇ ਤੇ ਉੱਥੇ ਉਹ ਆਡੀਓ ਚ ਬੋਲ ਜੇ ਹਾਈਕ ਜਾਂ ਇੱਥੇ ਸਟੇਟਮੈਂਟ ਚ ਹਾਈਕ ਲਿਖਿਆ ਹੋਵੇ ਉੱਥੇ ਸਾਨੂੰ ਇਨਕਰੀਜ਼ ਲਿਖ ਦੇਣ ਜਾਂ ਰਾਈਜ਼ ਵਰਡ ਯੂਜ਼ ਕਰ ਦੇਣ રાઇઝਵਰਡ લખਿਆ ਹੋਵੇ ਉਥੇ ਇਹਨਾਂ ਦਾ ਸਿਨਿਨੀਮ ਆਜੇ ਕੋਈ ਆਪਾਂ ਉਹਨਾਂ ਨੂੰ ਬੜੇ ਧਿਆਨ ਨਾਲ ਸੁਣਨਾ ਵੀ ਕਿਤੇ ਸਿਨਿਨੀਮ ਤਾਂ ਨਹੀਂ ਯੂਜ਼ ਹੋ ਰਿਹਾ ਤਾਂ ਕਿ ਅਸੀਂ ਉੜੇ ਨਾ ਜਾਈਏ ਦੂਜਾ ਝਾਲ ਉਹ ਇਹ ਬਚਾਉਂਦੇ ਹੁੰਦੇ ਨੇ ਇੱਕ ਝਾਲ ਇਹ ਹੋ ਗਿਆ ਵੀ ਉਹ ਤਰ ਕੱਟ ਦੇਣਗੇ ਆਪਦਾ ਆਪਦਾ ਸਟੈਂਡ ਪਟ ਲੈਣਗੇ ਦੂਜਾ ਹੋ ਗਿਆ ਸਿਨਿਨੀਮਸ ਦਾ ਤੇ ਆਪਾਂ ਕੀ ਕਰਨਾ ਹੁਣ ਜਦੋਂ ਪ੍ਰੈਕਟਿਸ ਹੀ ਕਰ ਰਹੇ ਆ ਆਪਾਂ ਵੀ ਫਿਰ ਆਪਣੀ ਤਲਵਾਰ ਤਿੱਖੀ ਕਰਕੇ ਲੈ ਜਾਾਂਗੇ ਪਹਿਲਾਂ ਹੀ ਤਾਂ ਕਿ ਜਾ ਕੇ ਸਮਾਰ ਕੇ ਉਥੇ ਗਾਟੇ ਲਾ ਦਈਏ ਐਮਸੀਕਿਊ ਵਾਲੇ ਪ੍ਰਸ਼ਨਾਂ ਦੇ ਜਿਵੇਂ ਆਪਾਂ ਟ੍ਰਾਂਸਕ੍ਰਿਪਟ ਸੁਣਦੇ ਆਂ ਆਪਾਂ ਪੂਰਾ ਧਿਆਨ ਰੱਖੀਏ ਵੀ ਇੱਥੇ ਇਹਨੇ ਆਹ ਜਾਲ ਵਿਛਾਇਆ ਸੀ ਇੱਥੇ ਇਹਨਾਂ ਨੇ ਆਹ ਸਿਨਨਮ ਯੂਜ਼ ਕਰਤਾ ਮੈਂ ਐਲੀਮੀਨੇਸ਼ਨ ਮੈਥਡ ਲਾਇਆ ਕਿਵੇਂ ਲਾਇਆ ਉਹ ਸਾਰਾ ਆਪਾਂ ਪਹਿਲੀ ਪ੍ਰੈਕਟਿਸ ਕਰਦੇ ਸਮੇਂ ਤਿਆਰੀ ਕਰ ਲੈਣੀ ਆ ਕੋਈ ਗੱਲ ਨਹੀਂ ਜੇ ਸਾਨੂੰ ਇਹ ਹਿੱਸਾ ਔਖਾ ਲੱਗਦਾ ਲਿਸਨਿੰਗ ਦਾ ਅਸੀਂ ਹੁਣ ਮੰਨ ਲਓ ਡੇਲੀ ਇੱਕ ਲਿਸਨਿੰਗ ਕਰਦੇ ਆਂ ਅਸੀਂ ਐਮਸੀਕਿਊ ਹਣਾ ਕੱਢ ਕੇ 2-3 ਵਾਰ ਕਰ ਲਿਆ ਕਰੀਏ ਜਾਂ ਇੱਕ ਹੋਰ ਅਲੱਗ ਲਿਸਨਿੰਗ ਚੱਕ ਕੇ ਉਹ ਚੋਂ ਕੱਲੇ ਐਮਸੀਕਿਊ ਕਰ ਲਿਆ ਕਰੀਏ ਪ੍ਰੈਕਟਿਸ ਆ ਆਪਾਂ ਇਹਦੇ ਤੇ 100 ਈ ਜ਼ਿਆਦਾ ਪ੍ਰੈਕਟਿਸ ਵਧ ਕਰ ਟਰਾਂਸਕ੍ਰਿਪਟ ਪੜਾਂਗੇ ਨਾਲ ਆਡੀਓ ਸੁਣਾਗੇ ਫਿਰ ਉਹਨਾਂ ਦਾ ਹੱਲ ਕਰਾਂਗੇ ਆਪ ਹੱਲ ਕਰਕੇ ਜਿਹੜੀਆਂ ਗਲਤੀਆਂ ਨਿਕਲੀਆਂ ਹੋਣਗੀਆਂ ਉਹਨਾਂ ਤੇ ਰਿਸਰਚ ਕਰਾਂਗੇ ਕੰਮ ਕਰਾਂਗੇ ਵੀ ਇਹ ਕਿਉਂ ਗਲਤ ਹੋਏ ਸੀ ਜਦੋਂ ਆਪਾਂ ਇਹ ਸਾਰੀਆਂ ਚੀਜ਼ਾਂ ਅਪਣਾ ਲਈਆਂ ਤਾਂ ਯਕੀਨ ਮੰਨਿਓ ਉਥੇ ਜੇ ਪੰਜ ਆਉਂਦੇ ਤਾਂ ਤੁਹਾਡੇ ਪੰਜ ਤਾਂ ਆਉਣਗੇ ਆਉਣਗੇ ਨਹੀਂ ਚਾਰ ਤਾਂ ਪੱਕੇ ਆ ਕਿਧਰੇ ਨਹੀਂ ਜਾਂਦੇ ਚਾਰ ਤਾਂ ਵੱਟ ਤੇ ਪਏ ਆ ਇਹ ਪੱਕੀ ਗੱਲ ਆ ਜੇ ਪ੍ਰੈਕਟਿਸ ਆਪਾਂ ਐਂ ਕਰੀ ਵਧੀਆ ਤਰੀਕੇ ਦੇ ਨਾਲ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਜਾਣੇ ਇਹੀ ਤਰੀਕਾ ਅਪਣਾਓਗੇ ਹੁਣ ਤੋਂ ਹੀ ਆਪਦੀ ਤਿਆਰੀ ਵਧੀਆ ਕਰਕੇ ਐਮਸੀਕਿਊਜ਼ ਦੇ ਵਿੱਚ ਪੂਰੇ ਤਕੜੇ ਹੋ ਕੇ ਜਾਓਗੇ ਤੇ ਉੱਥੇ ਜਾ ਕੇ 5 ਚੋਂ 5 ਨੰਬਰ ਕੁੱਟੋਗੇ ਜੇ ਸੋਨੂੰ ਆਗੇ ਜੇ ਫੇਰ ਵੀ ਤੁਹਾਡੇ ਮਨ ਚ ਕੋਈ ਡਾਊਟ ਜਾਂ ਕਨਫਿਊਜ਼ਨ ਆ ਜਾਂ ਕੋਈ ਤੁਹਾਡਾ ਹੋਰ ਸਵਾਲ ਆ ਤਾਂ ਤੁਸੀਂ ਉਹ ਵੀ ਕਮੈਂਟ ਕਰਕੇ ਪੁੱਛ ਸਕਦੇ ਹੋ ਅਗਲੀ ਵੀਡੀਓ ਲੈ ਕੇ ਜਲਦੀ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਾਰੀ ਸ਼ਕਤ